ਕੈਨੇਡੀਅਨ ਪੰਜਾਬੀ ਨੈਟਵਰਕ ਦੇ ਇਸ ਪਲੇਟਫਾਰਮ ਵਿੱਚ ਆਪ ਸਭ ਦਾ ਸਵਾਗਤ ਹੈ ਦਾਸ ਕੁਲਜੀਤ ਸਿੰਘ ਅੱਜ ਦੀ ਵੀਡੀਓ ਲੈ ਕੇ حاضر ਹੋਇਆ ਸਭ ਤੋਂ ਪਹਿਲਾਂ 10 ਦੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਰੀਬਨ 2 ਮਹੀਨੇ ਤੋਂ ਬਾਅਦ ਮੈਂ ਵੀਡੀਓ ਲੈ ਕੇ حاضر ਹੋਇਆ ਔਰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਸਰਬਜੀਤ ਸਿੰਘ ਤੁੰਦਾਜੀ ਨਾਰਥ ਅਮਰੀਕਾ ਦੇ ਦੌਰੇ ਤੇ ਆਏ ਹੋਏ ਹਨ ਔਰ ਇਸ ਟਾਈਮ ਉਹ ਅਮਰੀਕਾ ਦੀ ਧਰਤੀ ਦੇ ਗੁਰਦੁਆਰਾ ਸਹਿਬਾਨ ਵਿਖੇ ਆਪਣਾ ਪ੍ਰਚਾਰ ਕਰ ਰਹੇ ਹਨ ਬਾਰੇ ਦੇ ਨਾਲ ਹੀ ਨਾਲ ਕਾਫੀ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਵਿਰੋਧ ਵੀ ਹੱਦ ਤੱਕ ਪਹੁੰਚ ਗਿਆ ਹੈ ਕਿ ਜਿਸ ਥਾਂ 'ਤੇ ਉਹ ਪ੍ਰਚਾਰ ਕਰ ਰਹੇ ਹਨ ਜੋ ਆਪਣੇ ਆਪ ਨੂੰ ਦਸਮ ਗ੍ਰੰਥੀ ਜਾਂ ਚਰਿਤੋ ਪਖਿਆਨ ਨੂੰ ਮੰਨਣ ਵਾਲੇ ਲੋਕ ਉਹ ਕਹਿੰਦੇ ਹਨ ਕਿ ਜੋ ਸਰਬਜੀਤ ਸਿੰਘ ਧੁੰਦਾ ਹੈ ਇਹ ਦਸਮ ਗ੍ਰੰਥ ਦਾ ਵਿਰੋਧੀ ਹੈ ਔਰ ਇਸੇ ਤਰ੍ਹਾਂ ਉਹ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਣਾ ਕੇ ਸਰਬਜੀਤ ਸਿੰਘ ਧੁੰਦੇ ਦਾ ਵਿਰੋਧ ਹੋ ਰਿਹਾ ਹੈ ਸਭ ਤੋਂ ਪਹਿਲੀ ਗੱਲ ਮੈਂ ਆਪ ਜੀ ਨੂੰ ਦੱਸਣੀ ਚਾਹਨਾ ਤੁਸੀਂ ਦੇਖਿਆ ਹੋਵੇਗਾ ਕੈਨੇਡੀਅਨ ਪੰਜਾਬੀ ਨੈਟਵਰਕ ਤੇ ਕਦੇ ਵੀ ਤਕਸਾਲੀ ਮਿਸ਼ਨਰੀ ਇਹ ਵੱਖਰੀਆਂ-ਵੱਖਰੀਆਂ ਸੰਪਰਦਾਵਾਂ ਇਹ ਸੰਸਥਾਵਾਂ ਦੀ ਗੱਲ ਨਹੀਂ ਹੁੰਦੀ ਅਸੀਂ ਹਮੇਸ਼ਾ ਗੱਲ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਕਰਦੇ ਹਾਂ ਜੋ ਸਿੱਖਾਂ ਨੂੰ ਘੁੱਟ ਪੈ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਇੱਕ ਕੰਟਰੋਵਰਸ਼ਲ ਮੁੱਦਿਆਂ ਤੇ ਅਸੀਂ ਬਹੁਤੀ ਗੱਲ ਨਹੀਂ ਕਰਦੇ ਪਰ ਅੱਜ ਮੈਂ ਤੁਹਾਨੂੰ ਉਹਦੇ ਬਾਰੇ ਕੁਝ ਦੱਸਣਾ ਚਾਹੁੰਦਾ ਸਭ ਤੋਂ ਪਹਿਲੀ ਗੱਲ ਗੱਲ ਇੱਥੋਂ ਸ਼ੁਰੂ ਹੁੰਦੀ ਆ ਪੀ ਇਹ ਕੀ ਹੈ ਸਭ ਕੁਝ ਏ ਲੋਕ ਚਾਹੇ ਟਕਸਾਲੀ ਹੋਣ ਚਾਹੇ ਮਿਸ਼ਨਰੀ ਹੋਣ ਜਿਹੜੀ ਸਭ ਤੋਂ ਪਹਿਲਾਂ ਸਿੱਖਾਂ ਦੀ ਮੰਗ ਹੈ ਉਹ ਕੀ ਹੈ ਜਮਲੁਖਤਾ ਦੀ ਮੰਗ ਹੈ ਉਹ ਕੀ ਹੈ ਤੁਸੀਂ ਗੱਲ ਕਰੋ ਹੱਕ ਸੱਚ ਅਨਸਾਫੀਯਾਦੀ ਦੀ ਗੱਲ ਕਰੋ ਪਰ ਇਹ ਲੋਕ ਇਹਨਾਂ ਮੁੱਦਿਆਂ ਤੋਂ ਭੱਜਦੇ ਹਨ ਇਹਨਾਂ ਮੁੱਦਿਆਂ ਤੋਂ ਕੰਨੀ ਕਤਰੋਂ ਦੇ ਹਨ ਚਾਹੇ ਮਿਸ਼ਨਰੀ ਹੋਣ ਚਾਹੇ ਆਪਣੇ ਆਪ ਨੂੰ ਤਕਸਾਲੀ ਅਖਵਾਉਂਦੇ ਹੋਣ ਹੱਕ ਸੱਚ ਇਨਸਾਫ ਆਜ਼ਾਦੀ ਇਹਨਾਂ ਦਾ ਮੁੱਦਾ ਹੀ ਨਹੀਂ ਆਜ਼ਾਦੀ ਤੋ ਤਾਂ ਐਵੇਂ ਭੱਜਦੇ ਆ ਜਿਵੇਂ ਕੋਈ ਕਾਂ ਗਲੇਲ ਤੋਂ ਭੱਜਦਾ ਇਹ ਆਜ਼ਾਦੀ ਤੋਂ ਇਸ ਤਰ੍ਹਾਂ ਭੱਜਦੇ ਆ ਇਹਨਾਂ ਦਾ ਮੁੱਦਾ ਨਹੀਂ ਹੈ ਇਹਨਾਂ ਦਾ ਮੁੱਦਾ ਕੀ ਹੈ ਇਨਾਂ ਦਾ ਮੁੱਦਾ ਹੈ ਤੁਹਾਨੂੰ ਲੜਾਉਣਾ ਇਹਨਾਂ ਦਾ ਮੁੱਦਾ ਹੈ ਤੁਹਾਡੇ ਸਿਰ ਪੜਵਾਉੜੇ ਇਹਨਾਂ ਦਾ ਮੁੱਦਾ ਇਹ ਹੈ ਕਿ ਸਿੱਖ ਕੌਮ ਨੂੰ ਹਰ ਟਾਈਮ ਉਲਝਾਈ ਰੱਖਣਾ ਰਾਤ ਮਰਯਾਦਾ ਦਾ ਮੁੱਦਾ ਆ ਗਿਆ ਨਾਨਕਸ਼ਹੀ ਕੈਲੰਡਰ ਦਾ ਮੁੱਦਾ ਆ ਗਿਆ ਇਹ ਮੁੱਦੇ ਐਵੇਂ ਨਹੀਂ ਆਉਦੇ ਇਹ ਮੁੱਦੇ ਐਵੇਂ ਨਹੀਂ ਆਉਂਦੇ ਲਿਆਂਦੇ ਜਾਂਦੇ ਆ ਤਿਆਰ ਕੀਤੇ ਜਾਂਦੇ ਆ ਸਿੱਖ ਜਗਤ ਨੂੰ ਗਮਰਾਹ ਕੀਤਾ ਜਾਂਦਾ 1947 ਤੋਂ ਲੈ ਕੇ 2016 ਤੱਕ ਸਿੱਖਾਂ ਨੂੰ ਰੋਜ਼ ਜੁੱਤੀ ਵਰਦੀ ਆ ਇੰਡੀਆ ਦੇ ਵਿੱਚ ਪੰਜਾਬ ਦੀ ਤਰਤੀਤੇ ਉਹ ਸ਼ਰੰਤਰ ਰਚਨ ਵਾਲਿਓ ਉਹ ਵੱਡੇ ਵੱਡੇ ਮਿਸ਼ਨਰੀਓ ਤੋਂ ਵੱਡੇ ਵੱਡੇ ਟਕਸਾਲਿਓ ਉਧਰ ਦੀ ਗੱਲ ਕਰਾਂ ਪੰਜਾਬ ਦੀ ਤਰਤੀਤੇ ਆਹ ਉਹ ਜਸ ਆਹ ਉਹ ਜਿੰਨਾ ਤਾਵਾਂ ਬੜੀਆਂ ਜਿੱਥੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਹੀ ਸ਼ਰਾਬ ਚੜਾਈ ਜਾਂਦੀ ਆ ਸ਼ਰਾਬ ਵਰਤਾਈ ਜਾਂਦੀ ਆ ਉੱਥੇ ਜਾ ਕੇ ਪ੍ਰਚਾਰ ਕਰੋ ਨਾ ਉੱਥੇ ਮਹੀਨਾ ਮਹੀਨਾ ਖਲੋਵੋ ਨਾ ਉਥੇ ਨਹੀਂ ਤੁਸੀਂ ਜਾਂਦੇ ਉਥੇ ਕੁਝ ਨਹੀਂ ਕਰਦੇ ਉਥੋਂ ਭੱਜਦੇ ਆ ਉਥੋਂ ਨਸਦੇ ਆ ਪੰਜਾਬ ਦੀ ਧਰਤੀ ਦੇ ਉੱਤੇ ਹਰ ਰੋਜ਼ ਕਿਦਨੇ ਕਿਤੇ ਇੰਡੀਆ ਦੇ ਵਿੱਚ ਦਲ ਤੋਂ ਸਮਾਜ ਨਾਲ ਤੱਕਾ ਹੁੰਦਾ ਤੁਸੀਂ ਬੋਲਦੇ ਆ ਤਾਂ ਕਈ ਪ੍ਰਚਾਰਕ ਜਿਹੜੇ ਆ ਉਹ ਵੱਡਾ ਵੱਡਾ ਨਾਮ ਰਾਮ ਲਸ਼ਕਰ ਲੈ ਕੇ ਤੁਰਦੇ ਆ ਕਦੇ ਤੁਸੀਂ ਉੱਥੇ ਗਏ ਆ ਕਦੀ ਕਿਸੇ ਗਰੀਬ ਦੇ ਲਈ ਆਹ ਦਾ ਨਾਰਾ ਮਾਰਿਆ ਨਹੀਂ ਮਾਰਿਆ ਦੂਜੇ ਪਾਸੇ ਮੈਂ ਗੱਲ ਕਰਦਾ ਆਪਣੇ ਵੀ ਟਕਸਾਲੀਆਂ ਦੇ ਨਾਲ ਤਕਸਾਲੀਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਮਾੜੀ ਗੱਲ ਹੈ ਉਹ ਇਹ ਹੈ ਜੋ ਮੈਂ ਤੁਹਾਡੇ ਨਾਲ ਸ਼ੁਰੂ ਕਰਨ ਲੱਗਾ ਅਮਰੀਕਾ ਯੂਰਪ ਜਿਹੜੀ ਮਰਜ਼ੀ ਨਾ ਲੈ ਲਓ ਇਹਨਾਂ ਦੇ ਵਿੱਚ ਇੱਕ ਕੀ ਗੱਲ ਆ ਇਹ ਆਪ ਤਾਂ ਦਸਮ ਗ੍ਰੰਥ ਦਾ ਪ੍ਰਚਾਰ ਕਰਦੇ ਆ ਰੱਜ ਕੇ ਰੱਜ ਕੇ ਪ੍ਰਚਾਰ ਕਰਦੇ ਆ ਪਰ ਜਦੋਂ ਕੋਈ ਦਸਮ ਗ੍ਰੰਥ ਦੇ ਵਿਰੁੱਧ ਬੋਲਦਾ ਤਾਂ ਫੇਰ ਇਹਨਾਂ ਨੂੰ ਦੁੱਖ ਲੱਗਦਾ ਫਿਰ ਬਹੁਤ ਦੁੱਖ ਲੱਗਦਾ ਔਰ ਇਸੇ ਤਰ੍ਹਾਂ ਹੀ ਜਦੋਂ ਇਹ ਧੋਗਲੀਆਂ ਨੀਤੀਆਂ ਸਾਡੇ ਅੰਦਰ ਆਉਣਗੀਆਂ ਤਾਂ ਪਵਾੜੇ ਪੈਂਦੇ ਹੀ ਰਹਿਣਗੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਕਦੀ ਕਿਸੇ ਟਕਸਾਲੀ ਦਾ ਇਦਾਂ ਵਿਰੋਧ ਹੋਇਆ ਮਿੱਤੂ ਦਸਮ ਗ੍ਰੰਥ ਦਾ ਪ੍ਰਚਾਰ ਕਰਨਾ ਤੈਨੂੰ ਬੋਲਣ ਨਹੀਂ ਦੇਣਾ ਮੈਂ ਇੱਕ ਗੱਲ ਫੇਰ ਮੈਂ ਸਾਂਝੀ ਕਰ ਦਵਾਂ ਗੱਲ ਟਕਸਾਲੀ ਜਾਂ ਮਿਸ਼ਰਾਰੀਆਂ ਦੀ ਨਹੀਂ ਜੋ ਮੈਂ ਗੱਲ ਕਰਦਾ ਸਾਡਾ ਮੁੱਦਾ ਹੀ ਨਹੀਂ ਹੈ ਸਾਡਾ ਮੁੱਦਾ ਕੀ ਆ ਸਾਡਾ ਮੁੱਦਾ ਹੱਕ ਸੱਚਨ ਇਨਸਾਫ ਆਜ਼ਾਦੀ ਦੀ ਗੱਲ ਕਰਨਾ ਹੱਕ ਸੱਚ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਸੁਣਨਾ ਇਹ ਤਾਂ ਸਾਰੇ ਇਨਾਂ ਗੱਲਾਂ ਤੋਂ ਭੱਜਦੇ ਆ ਇਹਨਾਂ ਦਾ ਤਾਂ ਮੁੱਦਾ ਹੀ ਕੋ ਨਹੀਂ ਬਹੁਤ ਤਾਂ ਅੱਛਾ ਇੱਕ ਪਾਸੇ ਸਿੱਖ ਜਗਤ ਗੱਲ ਕਰਦਾ ਕੀ ਗੱਲ ਕਰਦਾ ਕਹਿੰਦੇ ਆ ਕਿ ਸਾਡਾ ਧਰਮ ਤੇ ਸਿਆਸਤ ਇਕੱਠੇ ਆ ਜੇ ਧਰਮ ਤੇ ਸਿਆਸਤ ਇਕੱਠੇ ਆ ਉਹ ਧਰਮ ਦੇ ਲਈ ਤੂੰ ਲੜੀ ਜਾਣਾ ਕਹਿੰਦੇ ਸਿਆਸਤ ਦੀ ਵੀ ਗੱਲ ਕੀਤੀ ਹੋ ਕਹਿੰਦੇ ਰਾਜ ਦੀ ਗੱਲ ਕੀਤੀ ਹੋ ਲੋਕਾਂ ਨੂੰ ਨਾਮ ਚ ਪਾਉਣਾ ਚੰਗੀ ਗੱਲ ਆ ਸਾਰਾ ਕੁਝ ਕਰਨਾ ਪਰ ਸਿਆਸਤ ਤਾਂ ਤੁਸੀਂ ਭੱਜਦੇ ਆ ਚਾਹੇ ਮਿਸ਼ਨਰੀ ਹੋਣ ਟਕਸਾਲੀ ਹੋਣ ਇੱਕ ਖਾਲਸਤਾਨ ਦਾ ਨਾਰਾ ਲਾ ਦਿਓ ਨਾ ਤੇ ਮਿਸ਼ਨਰੀ ਕੋਈ ਲੱਭਦਾ ਤੇ ਨਾਟਕਸਾਲੀ ਲੱਭਦਾ ਕਿਹੜਾ ਪ੍ਰਚਾਰ ਕਰਦਾ ਹੈ ਬਈ ਐਨਾ ਟਰਪਕ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਨੀਆਂ ਮੈਂ ਅੰਦਰ ਵੜ ਕੇ ਵੇਖਿਆ ਕੋਈ ਬੰਦਾ ਕਿੱਡਾ ਵੀ ਪ੍ਰਚਾਰਕ ਹੋ ਸਕਦਾ ਉਹਨੂੰ ਧਰਮ ਦਾ ਕਿੰਨਾ ਵੀ ਗਿਆਨ ਹੋ ਸਕਦਾ ਧਰਮ ਦਾ ਗਿਆਨ ਤਾਂ ਤੈਨੂੰ ਬਹੁਤ ਆ ਪਰ ਮੈਨੂੰ ਇਹ ਦੱਸ ਤੂੰ ਕਮਾਇਆ ਕੀ ਆ ਤੂੰ ਲੋਕਾਂ ਨੂੰ ਇਹ ਕਹਿੰਦਾ ਆ ਪੈ ਕਾਉ ਕੋ ਦਿੱਤ ਨੇ ਨਾ ਪਹਿਮਾਨਤਾਨ ਚਾਹ ਤੱਕ ਸਾਲੀ ਹੋਵੇ ਮਿਸ਼ਨਰੀ ਹੋਵੇ ਪਰ ਤੂੰ ਤਾਂ ਡਰਿਆ ਫਿਰਦਾ ਰਹਿਣਾ ਸਭ ਤੋਂ ਵੱਡਾ ਡਰਪੋਕ ਤਾਂ ਤੂੰ ਆ ਤੂੰ ਤਾਂ ਖਲੋਂਦਾ ਹੀ ਨਹੀਂ ਇੱਕ ਹੈ ਸੀ ਨਾ ਬਾਬਾ ਚਰਨਾ ਸਿੰਘ ਭਿੰਡਰਾ ਵਾਲਾ ਕਿੰਦਾ ਖਲੋਤਾ ਲੋਕਾਂ ਨੂੰ ਕਰਕੇ ਦਿਖਾਤਾ ਨਾ ਵੀ ਧਰਮ ਤੇ ਰਾਜਨੀਤੀ ਇੱਕੋ ਇੱਕੋ ਗੱਲਿਆ ਮੀਰੀ ਦੇ ਪੀਰੀ ਦੀ ਗੱਲ ਕਰਦਾ ਸੀ ਨਾ ਕੰਮ ਵੀ ਕਰਕੇ ਵਿਖਾਤਾ ਨਾ ਪਰ ਤੁਸੀਂ ਤਾਂ ਲੋਕਾਂ ਨੂੰ ਲੜਾਈ ਜਾਂਦੇ ਜੇ ਤੁਸੀਂ ਤਾਂ ਕੌਮ ਨੂੰ ਵੰਡੇ ਜਾਂਦੇ ਜੇ ਲਾਨ ਤੇ ਤੁਹਾਡੇ ਵਰਗੇ ਲੋਕਾਂ ਦੇ ਯਾਰੋ ਤਰ੍ਹਾਂ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ ਮੁੜ ਕੇ ਪਤਾ ਨਹੀਂ ਕਿਹੜਾ ਪ੍ਰਚਾਰ ਕਰਦੇ ਨੇ ਮਿਸ਼ਨਰੀ ਟਕਸਾਲੀ ਅੱਜ ਦੇ ਟਾਈਮ ਦੇ ਵਿੱਚ ਸਿੱਖੀ ਨੂੰ ਨਿਹਾਰਵਰ ਖੜਨ ਦੇ ਲਈ ਇਹਨਾਂ ਨੇ ਅੱਡੀ ਚੋਟੀ ਦਾ ਯੋਰ ਲਾਇਆ ਇਹਨਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਇਹਨਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਇਹ ਆਪਣੀ ਹਾਈ ਕੱਟ ਦੇ ਲਈ ਸਿੱਖ ਸੰਸਾਰ ਨੂੰ ਕਿਸੇ ਵੀ ਗਾਰੇ ਸਮੁੰਦਰ ਦੇ ਵਿੱਚ ਕਿਤੇ ਵੀ ਸੁੱਟ ਸਕਦੇ ਆ ਇਹ ਉਸ ਸਮੁੰਦਰ ਦੇ ਵਿੱਚ ਸੁੱਟਣਗੇ ਜਿੱਥੋਂ ਸਿੱਖੀ ਬਾਹਰ ਨਾਵੇ ਇਹਨਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਨਾ ਕੋਈ ਪਿਆਰ ਨਹੀਂ ਆਏ ਆਪਣੀਆਂ ਪਤਾ ਨਹੀਂ ਕੀ ਜਾਂ ਲਈ ਫਿਰਦੇ ਨੇ ਕੋਈ ਕਹਿੰਦਾ ਮੈਂ ਟਕਸਾਲ ਨਹੀਂ ਆ ਕੋਈ ਕਹਿੰਦਾ ਮਿਸ਼ਨਰੀਆਂ ਸਾਨੂੰ ਨਹੀਂ ਚਾਹੀਦੇ ਤੁਸੀਂ ਸਾਨੂੰ ਨਹੀਂ ਚਾਹੀਦੇ ਇਹ ਆਪਣਾ ਡੰਡਾ ਬਿਸਤਰਾ ਜੋ ਵੀ ਆ ਗੋਲ ਕਰੋ ਤੇ ਕਿਤੇ ਨਾ ਕਿਤੇ ਜਾ ਕੇ ਭੋਰੇ ਚ ਵੜ ਜਾਓ ਤੇ ਆ ਤੁਹਾਨੂੰ ਹੱਥ ਜੋੜਦੇ ਆ ਇਤਾਂ ਦੇ ਕੰਮ ਨਾ ਕਰੋ ਕਿਉਂਕਿ ਜੇ ਤੁਸੀਂ ਇਹ ਗੱਲਾਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਬੀਜੇ ਹੋਏ ਕੰਡੇ ਇਹੋ ਜਿਹੇ ਸੂਲਾ ਬਣ ਗਏ ਕਿ ਲੋਕ ਯਾਦ ਕਰਨਗੇ ਜਿੱਦਾਂ ਸਿੱਖਾਂ ਦੇ ਵਿੱਚ ਜਿੱਦਾਂ ਮੁਸਲਮਾਨਾਂ ਦੇ ਵਿੱਚ ਲੜਾਈ ਹੁੰਦੀ ਆ ਨਾ ਆ ਸੁਣਨੀ ਆ ਤਾਂ ਸ਼ੀਆ ਤੁਸੀਂ ਉਧਰ ਨੂੰ ਜਾ ਰਹੇ ਜੇ ਤੇ ਸਿੱਖ ਜਗਤ ਨੂੰ ਜਿੱਧਰ ਨੂੰ ਤੁਸੀਂ ਖੜ ਰਹੇ ਦੇ ਤੁਹਾਨੂੰ ਨਹੀਂ ਪਤਾ ਅੱਜ ਤੋਂ 50 ਸਾਲ ਨੂੰ ਅੱਜ ਤੋਂ 100 ਸਾਲ ਨੂੰ ਇਹ ਜਿਹੜੇ ਤੁਸੀਂ ਕੰਡੇ ਬੀਜ ਰਹੇ ਜੇ ਇਹ ਕਿੱਡੀਆਂ-ਕੱਡੀਆਂ ਵੱਡੀਆਂ ਚਿੱਕਰਾਂ ਮੰਨੀਆਂ ਕਿਉਂ ਕਿਉਂਕਿ ਤੁਹਾਨੂੰ ਤਾਂ ਸਖੀਰਾਂ ਪਿਆਰ ਹੀ ਨਹੀਂ ਹੈਗਾ ਤੁਹਾਨੂੰ ਤਾਂ ਆਪਣੇ ਹੱਥਾਂ-ਥੱਥੀਆਂ ਫੋਕੀਆਂ ਆ ਜਾਣੀਆਂ ਸੰਸਥਾਵਾਂ ਜੀਆਂ ਨਾਲ ਉਹਨਾਂ ਨਾਲ ਪਿਆਰ ਆ। ਜੋ ਗੱਲਾਂ-ਬਾਤਾਂ ਕਰਦੇ ਆ ਹੋ ਸਕਦਾ ਦਾਸ ਕੋਲੋਂ ਕੋਈ ਗੱਲ ਵੱਧ ਘੱਟ ਹੋ ਗਈ ਹੋਵੇ ਬੱਚਾ ਜਾਣ ਕੇ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ